ਵੈਲਕਮ ਦੋਸਤੋ, ਕੀ ਹਾਲ ਚਾਲ ਹੈ? ਉਮੀਦ ਕਰਦਾ ਸਾਰੇ ਭਰਾ ਠੀਕ ਠਾਕ ਹੋਣਗੇ। ਹੈ ਬਾਬਾ ਜੀ, ਪੌੜੀਆਂ ਤੋਂ ਥੱਲੇ ਟਲਿਆਂ ਦੇ ਆ ਨਾ, ਮੇਰਾ ਫੈਨ ਲੱਭ ਗਿਆ। ਮੈਂ ਇਹਨਾਂ ਨੂੰ ਆਖਿਆ, ਮੈਂ ਕਿਹਾ ਮਲਿਕ ਸਾਹਿਬ ਕਿੱਧਰ ਚੱਲੇ ਨੇ ਸਾਡੇ, ਅੰਦਰ ਕੜੀਆਂ ਵਾਲੇ ਅਫਤਾਰੀ ਦਾ ਲੈਣ ਚੱਲੇ। ਮੈਂ ਕਿਹਾ ਚਲੋ ਸਹੀ ਲੈ ਵੋ, ਅਤੇ ਨਾਲ ਛੋਟਾ ਭਰਾ ਵੀ ਚੱਲਾ, ਅਸੀਂ ਅਫਤਾਰੀ ਦਾ ਸਮਾਨ ਲੈ ਵੀ ਨਾਲੇ ਤੁਹਾਨੂੰ ਕੜੀਆਂ ਵਾਲੇ ਦਾ ਵਿਊ ਵੀ ਵਿਖਾਉਂਦੇ। ਚਾਚੇ ਦੀ ਪੁੱਤਰਾਂ ਦੀ ਟਰੈਵਲ ਏਜੰਸੀ ਤੋਂ ਹੋ ਵੀ ਕੜੀਆਂ ਨੂੰ ਇੱਥੇ ਚੋਈ ਸ਼ੋਕਰ ਸਾਹਿਬ ਵੀ ਬੈਠੇ ਨੇ। ਇਹਨਾਂ ਨਾਲ ਮਿਲੋ ਜੀ, ਆ ਚੋਈ ਸ਼ੋਕਰ ਸਾਹਿਬ ਨੇ ਭਾਅ ਜੀ ਬਾਠ ਸਾਹਿਬ ਨੇ ਸਾਡੇ ਕੜੀਆਂ ਵਾਲੇ ਦੇ, ਅਤੇ ਆਪਣਾ ਚਾਚੇ ਦਾ ਪੁੱਤਰ ਬੈਠੇ ਆ ਟਰੈਵਲ ਏਜੰਸੀ 'ਤੇ, ਚੋਈ ਨਈਮ ਸਾਹਿਬ। ਚਲੋ ਜੀ, ਹੁਣ ਅਸੀਂ ਨਿਕਲਣ ਲੱਗੇ ਹਾਂ ਵਨ ਸਟਾਪ 'ਤੇ, ਉੱਥੋਂ ਅਫਤਾਰੀ ਦਾ ਸਮਾਨ ਲੈ ਵੀ ਤੁਹਾਨੂੰ ਵਨ ਸਟਾਪ ਵੀ ਵਿਖਾਉਂਦੇ ਹਾਂ ਅਤੇ ਕੜੀਆਂ ਵਾਲੇ ਦਾ ਵਿਊ ਵੀ ਵਿਖਾਉਂਦੇ ਹਾਂ। ਕੜੀਆਂ ਵਾਲੇ ਬਾਜ਼ਾਰ ਦੇ ਵਿੱਚ ਪਹੁੰਚਿਆ ਹਾਂ, ਬਾਜ਼ਾਰ ਦਾ ਵਿਊ ਚੈੱਕ ਕਰੋ। ਰੀਜੋ ਘੰਟਾ ਤੱਕ ਅਸੀਂ ਵਨ ਸਟਾਪ 'ਤੇ ਪਹੁੰਚਦੇ ਹਾਂ, ਅਫਤਾਰੀ ਦਾ ਸਮਾਨ ਲੈਣਾ ਫਿਰ ਵਾਪਸ। ਬਾਬਾ ਜੀ, ਅਸੀਂ ਆ ਵਨ ਸਟਾਪ 'ਤੇ ਪਹੁੰਚਿਆ ਹਾਂ, ਅਤੇ ਅਸੀਂ ਹੁਣ ਅਫਤਾਰੀ ਦਾ ਸਮਾਨ ਲੈ ਲਈਏ, ਅਫਤਾਰੀ ਦਾ ਸਮਾਨ ਲੈ ਲਈਏ ਅਤੇ ਫਿਰ ਅਸੀਂ ਘਰ ਵਾਪਸ ਜਾਣਾ। ਉਮੀਦ ਕਰਨਾ ਅੱਜ ਦਾ ਵਲੋਗ ਸਾਰਿਆਂ ਨੂੰ ਅੱਛਾ ਲੱਗਾ ਹੋਣਾ। ਭਰਾ ਨੂੰ ਲਾਈਕ ਕਰੋ, ਕਮੈਂਟ ਕਰੋ, ਸਬਸਕ੍ਰਾਈਬ ਕਰੋ। ਅਤੇ ਅੱਜ ਬਾਰਸਲੋਨਾ ਵੀ ਜਾਣਾ, ਉੱਥੇ ਵੀ ਤੁਹਾਨੂੰ ਵਿਖਾਉਂਦੇ ਹਾਂ ਉੱਥੇ ਦਾ ਵੀ ਵਿਊ। ਅਤੇ ਅਸੀਂ ਹੁਣ ਅਫਤਾਰੀ ਦਾ ਸਮਾਨ ਲੈ ਲਈਏ, ਅਤੇ ਇਨਸ਼ਾਅੱਲਾ ਅਗਲੇ ਵਲੋਗ 'ਚ ਫਿਰ ਮੁਲਾਕਾਤ। ਅੱਲਾ ਹਾਫਿਜ਼।